ਪੰਜਾਬ ਦੀ ਐਸੀ ਸਮਾਤ ਜਿੱਥੇ ਚੜ੍ਹਦੀ ਹੈ ਸ਼ਰਾਬ, ਦੂਰੋਂ ਦੂਰੋਂ ਮੱਥਾ ਟੇਕਣ ਆਉਂਦੇ ਨੇ ਲੋਕ। ਇੱਥੇ ਆ ਸ਼ਰਧਾਲੂ ਮੰਗਦੇ ਨੇ ਮੰਨਤ, ਅਤੇ ਮੰਨਤ ਪੂਰੀ ਹੋਣ ਤੇ ਚੜਾਈ ਜਾਂਦੀ ਹੈ ਸਮਾਧ ਤੇ ਸ਼ਰਾਬ। ਕੋਈ ਸ਼ਰਧਾਲੂ ਲਿਆਉਂਦਾ ਦੇਸੀ ਤੇ ਕੋਈ ਲਿਆਉਂਦਾ ਬ੍ਰਾਂਡਡ। ਢੋਲ ਢਮੱਕੇ ਨਾਲ ਲੱਗਦੀਆਂ ਨੇ 24 ਘੰਟੇ ਰੌਣਕਾਂ, ਲੋਕਾਂ ਚ ਹੀ ਵੰਡ ਦਿੱਤਾ ਜਾਂਦਾ ਸ਼ਰਾਬ ਦਾ ਚੜਾਵਾ। ਪੂਰੇ ਸੂਬੇ ਭਰ ਚ ਮਸ਼ਹੂਰ ਹੈ ਬਾਬਾ ਰੋਡੇ ਸ਼ਾਹ ਦੀ ਸਮਾਧ। ਇੱਕ ਐਸੀ ਸਮਾਧ ਜੋ ਕਿ ਪੂਰੇ ਪੰਜਾਬ ਭਰ ਦੇ ਵਿੱਚ ਮਸ਼ਹੂਰ ਹੈ, ਬਾਬਾ ਰੋਡੇ ਸ਼ਾਹ ਦੀ ਸਮਾਧ, ਜਿੱਥੇ ਸ਼ਰਾਬ ਚੜਾਵੇ ਦੇ ਤੌਰ ਤੇ ਦਿੱਤੀ ਜਾਂਦੀ ਹੈ। ਦਰਅਸਲ ਕੁਝ ਲੋਕ ਜਿਹੜੇ ਇੱਥੇ ਸੰਤਾਨ ਦੀ ਸੁੱਖਣਾ ਸੁੱਖਦੇ ਨੇ, ਜਦ ਉਹਨਾਂ ਦੀ ਸੁੱਖ ਪੂਰੀ ਹੋ ਜਾਂਦੀ ਹੈ ਤਾਂ ਉਹ ਚੜਾਵੇ ਦੇ ਰੂਪ 'ਚ ਸ਼ਰਾਬ ਚੜਾਉਂਦੇ ਨੇ। ਫਤਿਹਗੜ੍ਹ ਚੂੜੀਆਂ ਮਜੀਠਾ ਰੋਡ ਉੱਪਰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਭੋਮਾ ਵਡਾਲਾ ਦੇ ਵਿਖੇ ਇਹ ਸਮਾਧ ਸਥਿਤ ਹੈ, ਜਿੱਥੇ ਇਹਨਾਂ ਦਿਨਾਂ ਦੇ ਵਿੱਚ ਹਰ ਸਾਲ ਲੰਬੇ ਸਮੇਂ ਤੱਕ ਇੱਕ ਮੇਲਾ ਲਗਾਇਆ ਜਾਂਦਾ ਹੈ। ਇਸ ਮੇਲੇ ਦੇ ਵਿੱਚ ਵੱਧ ਚੜ੍ਹ ਕੇ ਸੰਗਤ ਆਉਂਦੀ ਹੈ ਤੇ ਸਾਰੀ ਸੰਗਤ ਨੂੰ ਸ਼ਰਾਬ ਦਾ ਜਿਹੜਾ ਚੜਾਵਾ ਹੁੰਦਾ ਹੈ ਉਹ ਵੰਡਿਆ ਜਾਂਦਾ ਹੈ। ਮੇਲੇ 'ਚ ਆਏ ਹਰੇਕ ਸ਼ਖਸ ਨੂੰ ਪ੍ਰਸ਼ਾਦ ਦੇ ਤੌਰ 'ਤੇ ਸ਼ਰਾਬ ਵਰਤਾਈ ਜਾਂਦੀ ਹੈ। ਲੋਕ ਸ਼ਰਾਬ ਦਾ ਚੜਾਵਾ ਪੀ ਕੇ ਵੱਖਰੇ ਹੀ ਰੰਗ 'ਚ ਦਿਖਾਈ ਦਿੰਦੇ ਨੇ ਅਤੇ ਆਪਣੀ ਹੀ ਮਸਤੀ ਦੇ ਵਿੱਚ ਭੰਗੜੇ ਪਾ ਕੇ ਬਾਬੇ ਰੋਡੇ ਦੇ ਨਾਰੇ ਲਗਾਉਂਦੇ ਨੇ। ਇੱਥੇ ਆਏ ਲੋਕਾਂ ਦਾ ਕਹਿਣਾ ਹੈ ਕਿ ਇਸ ਮੇਲੇ ਦਾ ਹਰੇਕ ਸਾਲ ਉਹਨਾਂ ਨੂੰ ਇੰਤਜ਼ਾਰ ਰਹਿੰਦਾ ਹੈ ਅਤੇ ਪੂਰੇ ਪਰਿਵਾਰ ਦੇ ਨਾਲ ਉਹ ਮੇਲਾ ਵੇਖਣ ਆਉਂਦੇ ਨੇ। ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਇਸ ਮੇਲੇ ਦੇ ਵਿੱਚ ਸ਼ਾਮਲ ਹੁੰਦੇ ਨੇ। ਆਓ ਇੱਥੇ ਆਏ ਲੋਕਾਂ ਦਾ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਜਾਣਦੇ ਹਾਂ। ਬਾਬਾ ਰੋਡੇ ਦੇ ਮੱਥਾ ਟੇਕਣ ਆਏ ਆ ਤੇ ਸਾਡੀ ਮੰਨਤ ਪੂਰੀ ਹੋਈ, ਸਾਡੇ ਕਾਕਾ ਆਇਆ ਛੋਟਾ ਜਵਾਕ, 4 ਸਾਲ ਬੜਾ ਆਇਆ। ਧੰਨ ਧੰਨ ਬਾਬਾ ਰੋਡਾ ਸਰਕਾਰ ਦੇ ਦਾ ਮੇਲਾ, ਹਰ ਸਾਲ ਦੀ ਤਰ੍ਹਾਂ ਸਭ ਦੁਨੀਆ ਸਭ ਸੰਗਤਾਂ ਘੁੰਮ ਕੇ ਬਾਹਰ ਦੇ ਦੇਸ਼ਾਂ ਵਿਦੇਸ਼ਾਂ ਦੇ ਲੋਕੀ ਪਹੁੰਚਦੇ ਨੇ ਜੀ, ਜਿਹਨਾਂ ਨੂੰ ਰੱਬ ਪੁੱਤਰ ਦਿੰਦਾ ਆ, ਨੌਵਾਂ ਦਿੰਦਾ ਹੈ, ਕੁਛ ਨੂੰ ਰੋਟੀ ਰਿਜ਼ਕੀ ਤੋਂ ਰੁਜ਼ਗਾਰ ਦਿੰਦਾ ਹੈ। ਬਾਬਾ ਰੋਡਾ ਜੀ ਦੇ ਦਰ ਤੇ ਮੀਟ ਸ਼ਰਾਬ ਸਭ ਧਨ ਦੌਲਤਾਂ ਦੇ ਨਾਲ ਬਾਬਾ ਜੀ ਦੇ ਲੰਗਰ ਲੱਗਦੇ ਹਨ। ਸਭ ਸੰਗਤਾਂ ਬਾਹਰ ਦੇ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚਦੀਆਂ ਹਨ ਔਰ ਬਾਬਾ ਜੀ ਦੇ ਦਰ ਤੇ ਪਹੁੰਚ ਕੇ ਬਾਬਾ ਰੋਡਾ ਜੀ ਤੋਂ ਮੁਰਾਦਾਂ ਪਾਉਂਦੀਆਂ ਹਨ। ਯੇ ਕਰੋ ਬਾਬਾ ਰੋਡਾ ਜੀ ਦਾ ਸਾਡੇ ਦਰਬਾਰ ਜੀ ਦਾ। ਹਰ ਸਾਲ ਮੇਲਾ ਬਹੁਤ ਵਧੀਆ ਲੱਗਦਾ, ਬਾਬੇ ਰੋਡੇ ਦੀ ਬਹੁਤ ਮੰਨਤਾ ਆ। ਹਰ ਸਾਲ ਲਾਗੇ ਲਾਗੇ ਪਿੰਡਾਂ ਤੋਂ ਬਹੁਤ ਦੁਨੀਆ ਇਕੱਠ ਕਰਦੀ ਆ, ਬਹੁਤ ਕਰਨੀ ਵਾਲਾ ਬਾਬਾ ਵਾ ਇਹ। ਬਾਬਾ ਰੋਡੇ ਜੀ ਦਾ ਮੇਲਾ ਹਰ ਸਾਲ ਹੁੰਦਾ ਆ, ਇੱਥੇ ਬਹੁਤ ਸ਼ਰਧਾ ਨਾਲ ਲੋਕੀ ਆਉਂਦੇ ਨੇ, ਹਰ ਸਾਲ ਮੇਲਾ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਜੀ। ਬਹੁਤ ਰੌਣਕਾਂ ਤੁਹਾਡੇ ਸਾਹਮਣੇ ਭੰਗੜੇ ਪੈ ਰਹੇ ਆ, ਬਹੁਤ ਮਨੋਕਾਮਨਾ ਇੱਥੇ ਪੂਰੀਆਂ ਹੁੰਦੀਆਂ ਵਾ ਲੋਕਾਂ ਦੀਆਂ, ਤੇ ਸ਼ਰਧਾ ਨਾਲ ਮੱਥਾ ਟੇਕਣ ਆਉਂਦੇ ਆ। ਅਸੀਂ ਵੀ ਹਰ ਸਾਲ ਆਪਣੇ ਪਿੰਡੋਂ ਸੰਗਤ ਲਿਆ ਕੇ ਉੱਥੇ ਮੱਥਾ ਟਿਕਾਈਦਾ ਵਾ, ਤੇ ਬਹੁਤ ਹੀ ਵਧੀਆ ਇੱਥੇ ਸਾਰਾ ਯੋਗਦਾਨ ਸਾਰੇ ਮਿੱਤਰਾਂ ਆਉਂਦਾ ਵਾ, ਇੱਥੇ ਸ਼ਰਾਬ ਦਾ ਪ੍ਰਸ਼ਾਦ ਚੜ੍ਹਦਾ ਹੈ ਤੇ ਲੋਕੀ ਖੁਸ਼ੀਆਂ ਆਪਣੀਆਂ ਤੋਂ ਲੈ ਕੇ ਜਾਂਦੇ ਨੇ। ਬਹੁਤ ਹੀ ਕਿਰਪਾ ਹੈ ਮਨੋਕਾਮਨਾ ਰੱਖਦੇ ਜੀ ਲੋਕਾਂ ਨੂੰ, ਤੇ ਸਾਰੇ ਇੱਥੇ ਖੁਸ਼ੀਆਂ ਲੈ ਕੇ ਸਾਰੇ ਜਾਂਦੇ ਨੇ। ਬਾਬਾ ਰੋਡਾ ਜੀ ਜਿਹਨਾਂ ਦਾ ਪਿੰਡ ਧੁਆਣ ਦਮੋਦਰ
ਜਿਨ੍ਹਾਂ ਨੇ ਘੁੰਮੇ ਦੀ ਧਰਤੀ ਨੂੰ ਆਣ ਕੇ ਭਾਗ ਲਾਏ, ਜਿੱਥੇ ਅੱਜ ਬਹੁਤ ਭਾਰੀ ਮੇਲਾ ਲੱਗਦਾ ਹੈ। ਇਸ ਮੇਲੇ ਵਿੱਚ ਦਾਰੂ ਦਾ ਸ਼ਰਾਬ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਤੇ ਚੜ੍ਹਾਇਆ ਜਾਂਦਾ ਹੈ। ਬਾਬਾ ਜੀ ਬਹੁਤ ਭਗਤੀ ਵਾਲੇ ਸਨ, ਜਿਹੜੀ ਵੀ ਗੱਲ ਉਹ ਮੂੰਹ ਕਹਿੰਦੇ ਸਨ ਪੂਰੀ ਹੋ ਜਾਂਦੀ ਸੀ।